ਸਵਾਲੇ ਜੀ ਵਾਲੇਕਮ ਅਸਲਾਮ ਕੀ ਹਾਲ ਹੈ ਜੀ ਭਾਜੀ ਠੀਕ ਹੋ ਜੀ ਅੱਲਾਹ ਦਾ ਸ਼ੁਕਰ ਹੈ ਜੀ ਠੀਕੇ ਤੇ ਜਨਾਬ ਹਾਂਜੀ ਬੜਾ ਕਰਮ ਹੈ ਸੋਹਣੇ ਰੱਬ ਦਾ ਕੰਮ ਸ਼ਮ ਸੁਣਾਓ ਠੀਕ ਚੱਲ ਰਿਹਾ ਬਾ ਕੰਮ ਤੇ ਤੁਹਾਨੂੰ ਪਤਾ ਅੱਜ ਕੱਲ੍ਹ ਢਿੱਲੇ ਮੱਠੇ ਨੇ ਬਾਬੂ ਜੀ ਆਹ ਕੰਮ ਤੇ ਢਿੱਲੇ ਜੋ ਸਾਡੇ ਮੁਲਕ ਦੇ ਹਾਲਾਤ ਹੋਏ ਨੇ ਸਹੀ ਗੱਲ ਹਾਲਾਤ ਵਾਕਈ ਭਾਜੀ ਹਾਂਜੀ ਕਹਿੰਦੇ ਇਲੈਕਸ਼ਨਾਂ ਤੋਂ ਬਾਅਦ ਖੁੱਲ ਜਾਏਗਾ ਕੰਮ ਸ਼ਮ ਲੇਕਿਨ ਤੁਸੀਂ ਰਾਲ ਪਤਾ ਨਹੀਂ ਕੀ ਬਣੇਗਾ ਬਾਬੂ ਜੀ ਚਲੋ ਤੁਸੀਂ ਇਹਨਾਂ ਨਾ ਸੋਚੋ ਤੁਸੀਂ ਕਰੋ ਆਪਣਾ ਕੰਮ ਦਾਦਾ ਸੋਚਣ ਨਾ ਭਾਜੀ ਟੈਨਸ਼ਨ ਨਹੀਂ ਬੋਲਣ ਭਾਈ ਜਾਨ ਮੈਂ ਕੰਮ ਹੀ ਕਰ ਰਿਹਾ ਆਹੋ ਤੇਰੀ ਭਾਜੀ ਟਾਇਰ ਆਪਣਾ ਜਿਹੜੇ ਨੇ ਜੀ ਉਹ ਪੁਰਾਣੇ ਟਾਇਰਾਂ ਦਾ ਵੀ ਕੰਮ ਸ਼ਮ ਕਰ ਜੀ ਪੁਰਾਣੇ ਨਹੀਂ ਜੀ ਸਾਡੇ ਕੋਲ ਤਾਂ ਨਵੇਂ ਟਾਇਰ ਹੁੰਦੇ ਜੀ ਅੱਛਾ ਨਵੇਂ ਟਾਇਰ ਨਵੇਂ ਟਾਇਰ ਨਵੇਂ ਹੀ ਜੀ ਜੀ ਤੇ ਕੀ ਹਿਸਾਬ ਕਿਤਾਬ ਦੇ ਟਾਇਰ ਦਾ ਕਾਦੇ ਆਸੇ ਚਾਹੀਦਾ ਜੇ ਟਾਇਰ ਅੱਲਾ ਵਾਸਤੇ ਭਾਈ ਮੈਂ ਤਾਂ ਉਹ ਗੱਡੀ ਕੋਲ ਏ ਜਾਂ ਕੋਈ ਟਰੈਕਟਰ ਕੋਲ ਏ ਟਰੱਕ ਤੁਹਾਡੇ ਕੋਲ ਏ ਕਾਦੇ ਆਸੇ ਚਾਹੀਦਾ ਪਤਾ ਫੇਰ ਹਾਂ ਭਾਜੀ ਗੱਡੀ ਆਸੇ ਚਾਹੀਦਾ ਹੋਰ ਮਤਲਬ ਕਿ ਮੈਂ ਕੋਟੇ ਥਲੇ ਲਾਏ ਟਾਇਰ यार भाई मेरे आ हर किस्म दा टायर है ना हां की पता तू किदे ऐसे टायर लेना है मोटरसाइकिल ऐसे लेना है अच्छा अच्छा जी ते पुराने टायर दा नहीं काम कर साडा नवे टायर दा काम है नवे टायर दा भी काम निकल आंदा नवा तो नवा ही दा काम ते पुराने दा होंदा भाई आ पुराने टायर दा कादा काम है भाई टायर नवा पवांदे ने अगले आओ ते नवे टायर दा भी काम निकल आंदा नवे टायर दा काम नहीं निकलदा अच्छा नवा टायर पा के देईदा नवा टायर पा के देंदे जी हां जी हां ਤੇ ਕਦੋਂ ਦਾ ਕਰ ਰਹੇ ਹੋ ਕੰਮ ਇਹ ਕੰਮ ਸਾਨੂੰ ਹੋ ਰਹੇ 20 ਸਾਲ ਕਰਦੇ ਆ 20 ਸਾਲ ਹਾਂਜੀ ਅੱਜ ਤੁਹਾਡੇ ਤੋਂ ਲੱਗਦਾ ਕਿ ਬੜੀ ਢੇਰ ਦਾ ਕਰ ਰਹੇ ਹੋ ਤੋਂ ਗੱਡੀਆਂ ਵੀ ਨਹੀਂ ਚੱਲਦੀਆਂ ਜਦੋਂ ਦਾ ਟਾਇਰਾਂ ਦਾ ਕੰਮ ਮੈਂ ਪਾਗਲ ਦਾ ਪੁੱਤਰਾ ਜਿਹੜਾ ਟਾਇਰਾਂ ਦਾ ਕਾਰੋਬਾਰ ਕਰਕੇ ਬਹਿ ਗਿਆ ਗੱਡੀਆਂ ਨਹੀਂ ਚੱਲਦੀਆਂ ਹਾਂ ਨਹੀਂ ਨਹੀਂ ਅੱਛੀ ਗੱਲ ਹੈ ਕੰਮ ਹੋਣਾ ਚਾਹੀਦਾ ਜੀ ਤੇ ਅੱਲ ਬੇਟੇ ਕੀ ਗੱਲ ਠੰਡ ਲੱਗਦੀ ਨਾ ਭਾਈ ਜੀ ਨੇ 0 ਮੀਟਰ ਹੁੰਦੇ ਨੇ ਨਾ ਅੱਛਾ ਇਹ ਹਾਂਜੀ ਉਹਨੂੰ ਕਹਾ ਕੇ ਰੱਖੇ ਮੈਂ ਕਿ ਬੜੇ ਬਾਪ ਪਰਦਾ ਦੇ ਟਾਇਰ ਯਾ ਬਾਪਰ ਦਾ ਕੀ ਮਤਲਬ ਕੋਈ ਹਯਾਲ ਹੈ ਨੇ ਅੱਛਾ ਤੇ ਕਿਹੜੀ ਕੰਪਨੀ ਹੈ ਜੀ ਯੋਕੋਹਾਮਾ ਹਾਂਜੀ ਯੋਕੋਹਾਮਾ 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 ਜਿਹੜੇ ਪੰਜਾਬੀ ਚ ਨਹੀਂ ਕਹਿੰਦੇ ਓਏ ਯੋਕੋਹਾਮਾ ਓਏ ਹਾਂ ਉਹ ਤਾਂ ਨਹੀਂ ਕਿਤੇ ਮਜ਼ਬੂਤ ਟਾਇਰ ਇਹ ਜ਼ਰਾ ਨਹੀਂ ਫਟੇਗਾ ਭਾਵੇਂ ਟੋਇਆਂ ਚ ਲੈ ਜਾਓ ਪਹਾੜਾਂ ਤੇ ਲੈ ਜਾਓ ਐਸੇ ਮਜ਼ਬੂਤ ਟਾਇਰ ਨੇ ਸਾਡੇ ਕੋਲ ਤੇ ਗੁੱਗਲੀਆਂ ਵਾਲੇ ਨਹੀਂ ਹੈਗੇ ਟਾਇਰ ਹੈ ਟੋਇਆਂ ਤੇ ਪਹਾੜਾਂ ਤੇ ਗਲੀ ਮਲੇ ਵਾਲੇ ਟਾਇਰ ਨਹੀਂ ਯਾ ਮੈਂ ਦੱਸਿਆ ਹੈ ਕਿ ਮਜ਼ਬੂਤ ਟਾਇਰ ਹੈ ਅੱਛਾ ਅੱਛਾ ਉਹ ਟਾਇਰ ਹੈ ਜਿੱਥੇ ਟਾਇਰ ਉੱਥੇ ਖੈਰ ਅੱਛਾ ਅੱਛਾ ਇਹ ਵੀ ਤਾਂ ਹੁੰਦਾ ਨਾ ਜਿੱਥੇ ਟਾਇਰ ਉੱਥੇ ਖੈਰ ਹਾਂ ਹਾਂ ਹਾਲਾਤ ਤੇ ਮੈਂ ਮਨੂਸ ਗੱਲਾਂ ਨਾ ਕਰੋ ਅੱਛਾ ਦੁਕਾਨ ਤੇ ਤੁਸੀਂ ਮੇਰੇ ਪਹਿਲੇ ਗਾਹਕ ਆਏ ਹੋ ਸਵੇਰ ਦੇ ਹਾਂਜੀ ਦੁਕਾਨ ਬੰਦ ਸੀ ਤੁਹਾਡੀ ਭਾਈ ਬੰਦ ਨਹੀਂ ਸੀ ਕਾਰੋਬਾਰ ਹੀ ਨਹੀਂ ਹੈਗੇ ਤਾਂ ਸਵੇਰ ਦਾ ਗਾਹਕ ਨਹੀਂ ਆਇਆ ਜੀ ਤਾਂ ਪਤਾ ਕਰਾਓ ਤੁਸੀਂ ਆਪ ਹੀ ਤੇਰੀ ਮਨੂਸ ਕਿਤੇ ਓ ਭਾਈ ਮੇਰੇ ਆ ਮੁਲਕੀ ਹਾਲਾਤ ਖਰਾਬ ਨੇ ਹਾਲਾਤ ਖਰਾਬ ਅਜੇ ਕੋਈ ਸਮਝ ਨਹੀਂ ਆ ਰਹੀ ਕੀ ਬਣੇਗਾ ਅੱਛਾ ਤੁਹਾਡੇ ਦੇ ਅੰਦਰ ਕਿ ਮੁਲਕ ਸਿਰਫ ਟਾਇਰਾਂ ਨਾਲ ਹੀ ਚੱਲ ਰਿਹਾ ਮਤਲਬ ਹੋਰ ਕੋਈ ਕੰਮ ਨਹੀਂ ਕਰਦਾ ਬਹੁਤ ਜੀ ਮੁਲਕ ਸਾਡਾ ਚੱਲਦੇ ਟਾਇਰਾਂ ਤੇ ਪਿਆ ਜੀ ਸਹੀ ਗੱਲ ਹੈ ਇਹ ਕਦੀ ਸੋਚੋ ਬਾ ਜੀ ਬੰਦਾ ਆਪਣੇ ਟਾਇਰਾਂ ਤੇ ਖਲੋਤਾ ਹੋਵੇ ਨਾ ਜੀ ਹਾਂ ਹੈ ਜੀ ਫੇਰ ਹੀ ਗੱਲ ਬਣ ਅੱਛਾ ਗੱਲ ਨਾ ਵਧਾਓ ਤੁਸੀਂ ਜਿਹੜੇ ਕੰਮ ਆਏ ਨਾ ਉਹ ਗੱਲ ਕਰੋ ਮੇਰੇ ਨਾਲ ਟਾਇਰ ਭਜਨ ਚਾਹੀਦਾ ਇੱਕ ਤੇ ਕੀ ਹਿਸਾਬ ਕਿਤਾਬ ਹੈ ਕੋਈ ਰੇਟ ਸਾਨੂੰ ਦੱਸੋ ਤਾਂ ਕਿ ਤੁਹਾਡੇ ਨਾਲ ਕੋਈ ਡੀਲ ਕਰੀਏ ਟਾਇਰ ਦੀ ਟਾਇਰ ਤੁਹਾਨੂੰ ਦੇ ਦੇਵਾਂਗੇ 20000 ਦਾ ਹੈ 20000 ਦਾ ਟਾਇਰ ਹਾਂਜੀ ਇਹਨੂੰ ਇੱਥੇ ਕਿਉਂ ਰੱਖਿਆ ਹੈ ਉਹਨਾਂ ਦੇ ਕਿਉਂ ਲੜਿਆ ਉਹਨਾਂ ਦਾ ਭਾਈ ਜਾਨ ਇੱਥੇ ਰੱਖਿਆ ਹੈ ਇਹਨੂੰ ਖੋਲ੍ਹਿਆ ਇਹਨੂੰ ਫਿੱਟ ਕੀਤਾ ਹੈ ਅੱਛਾ ਅੱਛਾ ਇਹਦਾ ਪੈਂਚਰ ਚੈੱਕ ਕੀਤਾ ਹੈ ਯਾਨੀ ਕਿ ਤੁਸੀਂ ਟਾਇਰ ਵੈਂਟੀਲੇਟਰ ਨਾਲ ਲਾਇਆ ਬਕਰੋ ਮਸ਼ੀਨ ਦੇ ਲਾਈ ਵੈਂਟੀਲੇਟਰ ਤਾਂ ਕੀ ਮਤਲਬ ਉਹਨੂੰ ਕਰਾਉਣਾ ਹੈ ਅੱਛਾ ਅੱਛਾ ਤੇ 20000 ਦਾ ਟਾਇਰ ਹਾਂਜੀ ਇਸ ਤੋਂ ਹਲਕਾ ਵੀ ਆ ਕੋਈ ਇਸ ਤੋਂ ਹਲਕਾ ਟਿਸ਼ੂ ਦਾ ਹੁੰਦਾ ਕੋਈ ਟਾਇਰ ਨਹੀਂ ਮਤਲਬ ਰੇਟ ਘੱਟ ਹੋਵੇ ਭਾਈ ਕੁਆਲਿਟੀ ਦਾ ਰੇਟ ਹੁੰਦਾ ਭਾਈ ਜਾਨ ਟਾਇਰ ਦਾ ਨਹੀਂ ਮੈਂ ਤੇ ਟਾਇਰ ਲੈਣਾ ਕੁਆਲਿਟੀ ਦੇ ਲੈਣੀ ਭਾਈ ਜਾਨ ਟਾਇਰ ਦੀ ਕੁਆਲਿਟੀ ਹੁੰਦੀ ਹੈ ਟਾਇਰ ਦੀ ਕੁਆਲਿਟੀ ਕਿਸ ਕਿਸਮ ਦਾ ਕੋ ਖਾ ਗਿਆ ਹੈ ਸਵੇਰ ਜਾਂ ਭੁੱਖਾ ਹੀ ਆਇਆ ਕੋਈ ਭਾਜੀ ਸਵੇਰ ਦੇ ਤੁਹਾਨੂੰ ਪਤਾ ਲਾਹੌਰ 'ਚ ਕਦੋਂ ਨਾਸ਼ਤਾ ਬਣਦਾ ਟੀਚਰ ਅੱਧ ਹੋ ਗਈ ਤੇਰੇ ਵਾਲੀ ਯਾਰ ਹੈ ਟਾਇਰ ਦਾ ਜਿਹੜਾ ਲੈਣੇ ਮੇਰੇ ਨਾਲ ਗੱਲ ਕਰ ਫਰਾਵੜ 20000 ਦਾ ਟਾਇਰ ਹਾਂਜੀ ਆ ਦੇ ਇਹਨਾਂ ਫੜ ਕੇ ਆਹ ਬਦਨ ਵੇ ਹੈ ਓਏ ਨਹੀਂ ਐਡਾ ਭਾਰਾ ਨਹੀਂ ਚਾਹੀਦਾ ਗੱਡੀ ਸਾਡੀ ਹਲਕੀ ਹੈ ਹਲਕੀ ਕੀ ਮਤਲਬ ਐਡਾ ਭਾਰਾ ਤੇ ਚਾਹੀਦਾ ਨਹੀਂ ਐਡੀ ਹਲਕੀ ਕਿਹੜੀ ਗੱਡੀ ਹੈ ਜੀ ਹੈ ਹਲਕੀ ਗੱਡੀ ਨਹੀਂ ਐਡਾ ਭਾਰਾ ਕੀ ਇੱਟਾ ਇਹਦੇ ਚ ਰੋੜੇ ਪਾਏ ਟਾਇਰ ਭਾਰਾ ਹੀ ਹੁੰਦਾ ਮੇਰਾ ਵੀਰ ਟਾਇਰ ਭਾਰਾ ਹੀ ਹੁੰਦਾ ਭਾਰਾ ਹੀ ਹੁੰਦਾ ਗੱਡੀ ਨੇ ਇਹਦੇ ਉੱਤੇ ਚੱਲਣਾ ਹੁੰਦਾ ਤੁਹਾਡਾ ਵੀ ਨਾ ਟਾਇਰ ਭਾਰਾ ਲੱਗਦਾ ਮੈਨੂੰ ਤੁਹਾਡਾ ਕਾਰੋਬਾਰ ਨਹੀਂ ਚੱਲ ਰਿਹਾ ਕਮਾਲ ਹੋ ਤੁਹਾਡਾ ਟਾਇਰ ਭਾਰਾ ਹੈ ਉਹ ਬਾਹੂ ਮੇਰੇ ਆ ਗੱਲ ਹੈਗੀ ਹੈ ਕਿ ਹੁਣ ਕੀ ਮੋੜ ਤੇਰਾ ਕੋਈ ਆਇਆ ਪ੍ਰੋਗਰਾਮ ਲੈਣ ਦਾ ਨਹੀਂ ਟਾਇਰ ਤੇ ਲੈਣਾ ਹੀ ਆ ਫਿਰ ਠੀਕ ਹੈ ਜ਼ਰੂਰ ਤੇਰਾ ਜੀ
छोटे टायर भी है ना, ये तो जरा छोटा है वो स्कूटर का है। अच्छा तो ये तो छोटा भी हैगा। हां ते अगर इनू दो कर लिए आप अगर छोटा आ जाएगा के दो कर लिए या तरबूज है इनू दो कर लिए नहीं सानू बस केटा छोटा नहीं चाहिदा ते अगर इच दो बनवा लिए तो कर लो या तो फर्नीचर दी दुकान ते आए हैं इनू बना लो इनू दो करते इनू ए करते टायर बड़ा ना मैं किथे लाना फिर ओ तो किवें इनू छोटा करा मैं है तेरा दिमाग ठीक है लेकिन मैं एडा टायर चाहिए इस तो छोटा है नहीं साढ़े को छोटा टायर नहीं रखते नहीं कमाल वाली गल कमाल वाली कादी गल है यार नहीं तो बड़े बड़े क्यों रखे इन्होंने मशवरा कर दियो सियाने टायर है यार तो ना ऐनक ला के वेख ओनू तन्नू ऐनक च बड़ा लग रहा है तन्नू छोटे बड़े की तमीज नहीं है आपस की गल छोटे भी रखते ने नाल सारे बड़े ही इन्होंने कोई तेन चपेड़ा मार दे कौन जिम्मेदार सारे बड़े ਯਾ ਟਾਇਰ ਵੱਡੇ ਨੇ ਅੱਛਾ ਤੇਰੇ ਪੈਰ ਛੋਟੇ ਆ ਟਾਇਰ ਵੱਡੇ ਤੇਰੇ ਇਹ ਤੇਰੇ ਕੋ ਰਲ ਨਹੀਂ ਰਹੀ ਗੱਲ ਦੁਕਾਨ ਨਾਲ ਯਾ ਤੂੰ ਕੀ ਚਾਹ ਰਿਹਾ ਭਾਈ ਕੀ ਟਾਇਰ ਛੋਟੇ ਹੈ ਤੁਹਾਡੇ ਕੋਲ ਟਾਇਰ ਸਾਡੇ ਕੋ ਛੋਟਾ ਕੋਈ ਵੀ ਨਹੀਂ ਹੈਗਾ ਸਾਰਾ ਗੱਡੀਆਂ ਦੇ ਟਾਇਰ ਨੇ ਅੱਛਾ ਅੱਛਾ ਜੇ ਤਿੰਨ ਟਾਇਰ ਲਈਏ ਤੁਹਾਡੇ ਕੋਲ ਕਿਹਦੇ ਕਿੰਨੇ ਦੇ ਹੋ ਜਾਣਗੇ ਰਹਿਤ ਹੋ ਜਾਣਗੇ ਤਿੰਨ ਕਾਣੇ ਹੁੰਦੇ ਜੇ ਤੇ ਉਹ ਨੁਕਸਾਨ ਹੋ ਗਿਆ ਗੱਡੀ ਦਾ ਮੈਂ ਨਾ ਕਹਿਣਾ ਅੱਛਾ ਟਾਇਰ ਮੈਂ ਲੁੱਡੋ ਨੂੰ ਨਹੀਂ ਪਾਉਣੀ ਕਿ ਤਿੰਨ ਕਾਣੇ ਹੁੰਦੇ ਨੇ ਤੇ ਤਿੰਨ ਟਾਇਰ ਅਗਰ ਲਈਏ ਤੁਹਾਡੇ ਕੋਲ ਛੋਟੇ ਅੱਛਾ ਛੋਟੇ ਕਿਹੜੇ ਯਾਰ पट्टे छोटे टायर साडे कोल नहीं हैगे छोटे क्यों डरदा नहीं रखदा तू हां निकल जांदे किते ओ यार साइकिल है तीन पहिया वाली तेरे बच्चे कोल आहो तू किसे और दुकान ते जा यार मैं नहीं जाना किते मेरी तबीयत ठीक नहीं तो बिलवा दे फ्री जावा कॉर्पोरेशन जा मैं तेरी तबीयत ठीक नहीं ते करो क्यों निकले है मैं ते टायर ली निकले है ते टायर से निकले है ने तो मेरे को नहीं दियो टायर तो रखो छोटे टायर क्यों नहीं ओ यार का तो रखा यार मैं छोटे टायर यार चल मैं बैठा तो मंगा ला के तेनु भेज के रहा उधर किथों मंगा ला मैं जितो लभ दियो तो मंगा ला ना ओ यार पिज्जा जरा मैं मंगा लवां है छोटे भी रखो ਕੰਮ ਨਹੀਂ ਸਾਡਾ ਛੋਟੇ ਟਾਇਰ ਦਾ ਅਸਤਗਫਰੁੱਲਾ ਕਿੱਡਾ ਮਗਰੂਰੀਆ ਬੰਦਾ ਉਹ ਖਾਦਾ ਅਸਤਗਫਰੁੱਲਾ ਛੋਟੇ ਵੱਡੇ ਟਾਇਰਾਂ ਦਾ ਕੰਮ ਕਰਕੇ ਤੂੰ ਬਰਦਾ ਯਾਰ ਛੋਟੇ ਟਾਇਰ ਤੇ ਰੱਖ ਤੂੰ ਉਹ ਸਾਡਾ ਕਾਰੋਬਾਰ ਹੀ ਵੱਡੇ ਟਾਇਰਾਂ ਦਾ ਛੋਟਾ ਤਾਂ ਸਾਡਾ ਹੈ ਹੀ ਨਹੀਂ ਇਹ ਛੋਟਾ ਹੋਣ ਲੱਗੇ ਦੇਰ ਨਹੀਂ ਲੱਗਦੀ ਯਾਰ ਬੜੀ ਪੇ ਯਾਰ ਓਏ ਅੱਲਾ ਨਾ ਕਰੇ ਕਿਰੇ ਕਾਰੋਬਾਰ ਇੰਨਾ ਕੋ ਜਾਣਾ ਤੇਰਾ ਓਏ ਕੋਈ ਟਾਈਮ ਕੋ ਬੋਲੀਏ ਤਾਂ ਹੁੰਦਾ ਤੇਰੀ ਮਿਹਰਬਾਨੀ ਜਾਣ ਦੇ ਜਾ ਤੂੰ ਲਿਆ ਟਾਇਰ ਤੂੰ ਲੱਭ ਕੇ ਮੇਰਾ ਭਰਾ ਉਹ ਜਾ ਕਿੱਥੋਂ ਲਿਆਵਾਂ ਟਾਇਰ ਐਡਾ ਵੇਲਾ ਮੈਂ ਉਹ ਪੁਰਾਣੇ ਦੀ ਵੇਖ ਜਾ ਤੂੰ ਤੇ ਵਿਆਹ ਉਹ ਪੁਰਾਣੇ ਕਰੇ ਹੁਣ ਜਾਦੇ ਲੱਗੇ ਨੇ ਉਹ ਇਹਨਾਂ ਨੂੰ ਨਿਕਲ ਆਇਆ ਕਹਿੰਦਾ ਝਾੜ ਕੇ ਵੇਖ ਟਾਇਰ ਕਿ ਉਹ ਟਾਇਰ ਨੇ ਬੱਚਾ ਦੇ ਤਾਂ ਨਿਕਲ ਆਏਗਾ ਯਾਰ ਤੂੰ ਕਾਰੋਬਾਰ ਕਰ ਆਪਣਾ ਪੈਸੇ ਲੈ ਪੈਸੇ ਕਾਹਦੇ ਲਵਾਂ ਮੈਂ ਤੇ ਕੋਈ ਛੋਟਾ ਟਾਇਰ ਹੈਗਾ ਹੀ ਨਹੀਂ
ਛੋਟਾ ਟਾਇਰ ਨਹੀਂ ਕਰਦੇ ਨਹੀਂ ਹੈਗਾ ਮੇਰੇ ਕੋਲ ਤੇ ਐਡੇ ਐਡੇ ਟਾਇਰ ਕਿਉਂ ਰੱਖੇ ਇਹਨਾਂ ਤੇ ਰੈਸ਼ ਕੀਤੀ ਤੂੰ ਰਹਿਣਾ ਇਹਨਾਂ ਉਹ ਯਾਰ ਐਡੇ ਹੀ ਰੱਖਣ ਦੇ ਨੇ ਟਾਇਰ ਸੀ ਛੋਟਾ ਟਾਇਰ ਲੱਭ ਲੈ ਕੇ ਜਾ ਲੱਭ ਕੇ ਆ ਮੇਰਾ ਭਰਾ ਮੈਂ ਤਾਂ ਕੀ ਗਵਾਚ ਗਿਆ ਉਹਨੂੰ ਲੱਭ ਕੇ ਲਿਆਵਾਂ ਉਹ ਤਾਂ ਬੱਚਾ ਪਰੇਸ਼ਾਨ ਬੈਠਾ ਉਹ ਯਾ ਕਰ ਕੁਛ ਐਵੇਂ ਬੱਚੇ ਦੀ ਹਾਰ ਨਹੀਂ ਲਈ ਦੀ ਮੈਂ ਤਾਂ ਯਾਰ ਬੱਚਾ ਮੈਂ ਪਰੇਸ਼ਾਨ ਕੀਤਾ ਯਾਰ ਜਾ ਲਿਆਵਾ ਟਾਇਰ ਬਾਬਾ ਨਾ ਇਹਨੇ ਬੱਚੇ ਜੰਮਿਆ ਕਰੋ ਮੈਂ ਤੈਨੂੰ ਕਿਹਾ ਮੇਰੇ ਇਹਨੇ ਬੱਚੇ ਮੈਂ ਤੈਨੂੰ ਇੱਕ ਸਾਈਕਲ ਦੀ ਗੱਲ ਕੀਤੀ ਸਾਈਕਲ ਦੀ ਗੱਲ ਕੀਤੀ ਤੈਨੂੰ ਨੌ ਸਾਈਕਲਾਂ ਦਾ ਕਿਹਾ ਬਟਾਰੇ ਆ ਯਾਰ ਮੇਰਾ ਭਰਾ ਤੈਨੂੰ ਦੱਸਿਆ ਤਿੰਨ ਟਾਇਰ ਹੈਗੇ ਨੇ ਜਾ ਲਿਆ ਗਿਆ ਮੇਰੇ ਭਰਾ ਕਿੱਥੋਂ ਲੈ ਕੇ ਆਵਾਂ ਮੈਂ ਤੇ ਹੈ ਕੋ ਟਾਇਰ ਨਜ਼ਰ ਆ ਰਿਹਾ ਵੱਡਾ ਛੋਟਾ ਤੇਰੀ ਟਾਇਰਾਂ ਦੀ ਦੁਕਾਨ ਨਹੀਂ ਤੇਰੀ ਟਾਇਰਾਂ ਦੀ ਉਹ ਤੋਂ ਬਾਅਦ ਕਲਾਕ ਟੰਗ ਲਾ ਜੀ ਮੇਰੀ ਕਲਾਕ ਦੀ ਦੁਕਾਨ ਟਾਇਰ ਤੇ ਲਿਆ ਫੇ ਟਾਇਰ ਤੈਨੂੰ ਮੈਂ ਦੱਸਿਆ ਛੋਟਾ ਟਾਇਰ ਨਹੀਂ ਹੈਗਾ ਵੱਡਾ ਹੈਗਾ ਲੈਣੇ ਤੇ ਲੈ ਜਾ ਜਾ ਮੈਂ ਜਿੱਥੋਂ ਮਰਜ਼ੀ ਮੰਗਾ ਮੈਂ ਟਾਇਰ ਚਾਹੀਦੇ ਰਾਤ ਕਰ ਲਾਂਗਾ ਤੇ ਇਹਨਾਂ ਦੀ ਮੈਂ 18000 ਲੈ ਲਾਂਗਾ ਕੀ 18000 ਲੈ ਲਾਂਗਾ ਇਹਦਾ ਮੈਂ ਚੱਲ ਮੈਂ ਤੈਨੂੰ 18 ਦਿਆਂਗਾ ਇਹਦੇ ਤਿੰਨ ਬਣਵਾ ਲੈ ਤੂੰ ਨਾ ਮੇਰੇ ਕੋਲੋਂ ਵੱਡਾ ਲੈ ਜਾ ਕਿਸੇ ਆਰੇ ਤੇ ਲੈ ਜਾ ਤੇ ਤਿੰਨ ਬਣਵਾ ਲੈ ਉਥੋਂ ਪਹਿਲੇ ਮੈਂ ਤੈਨੂੰ ਪੈਸੇ ਦਿਆਂ ਫਿਰ ਮੈਂ ਆਰੇ ਤੇ ਦਿਆਂ ਮਤਲਬ ਕਿ ਮੈਂ ਛਕਾਈ ਆ ਮੇਰਾ ਦਿਮਾਗ ਖਰਾਬ ਹੈਗਾ ਮੇਰਾ ਦਿਮਾਗ ਖਰਾਬ ਹੈ ਉਹਨੂੰ ਮੈਂ ਛੋਟਾ ਕਰਦੇ ਆ ਤਿੰਨ ਫਿਰ ਕਰਵਾ ਛੋਟਾ ਕਰਵਾ ਨਾ ਤਿੰਨ ਕਰਵਾ ਲੈ ਦੇ ਐਡਾ ਨਹੀਂ ਚਾਹੀਦਾ ਉਹ ਮੇਰੇ ਕੋਲ ਓਡਾ ਨਹੀਂ ਹੈਗਾ ਇਹਦੇ ਥੱਲੇ ਬੱਚਾ ਆ ਜਾਏਗਾ ਪੂਰਾ ਸਾਈਕਲ ਸਮੇਤ ਜਿੱਦਾਂ ਭਾਰਾ ਟਾਇਰ ਐਡਾ ਨਹੀਂ ਨਾ ਚਾਹੀਦਾ ਤੂੰ ਗੱਡੀ ਨੂੰ ਪਾ ਲੈ ਨਾ ਕੀ ਗੱਡੀ ਨਹੀਂ ਗਈ ਯਾਰ ਕੈਸੀ ਗੱਲ ਮੈਂ ਤੈਨੂੰ ਕਿਹਾ ਗੱਡੀ ਮੇਰੇ ਕੋਲ ਗੱਡੀ ਆਈ ਯਾਰ ਉਹਦਾ ਹੱਲ ਕੀ ਹੈ ਮੈਨੂੰ ਦੱਸ ਤੇ ਪਾਸ ਤੂੰ ਬਹਿਸ ਤੂੰ ਵਧਾ ਰਿਹਾ ਗੱਲ ਤੂੰ ਬਹਿਸ ਕਰ ਰਿਹਾ ਮੇਰੇ ਯਾਰ ਤੂੰ ਪਹਿਲਾਂ ਮੇਰਾ ਗਾਹਕ ਆਇਆ ਮੈਂ ਸ਼ੁਕਰ ਅੱਲਾ ਦਾ ਕੀਤਾ ਕੋਈ ਆਇਆ ਹਾਂ ਕੋਈ ਬੱਚਾ ਸੇ ਰੋਜ਼ੀ ਰਿਜ਼ਕ ਆਈ ਇਹ ਤੇਰਾ ਆਖਰੀ ਸਮਝ ਇਹ ਸ਼ਾਮ ਪੈ ਜਾਣੀ ਇੱਥੇ ਹੀ ਕਦੋਂ ਸ਼ਾਮ ਪੈ ਜਾਣੀ ਤੂੰ ਕਾਰੋਬਾਰ ਕਰ ਹੀ ਨਹੀਂ ਰਿਹਾ ਤੂੰ ਦੁਕਾਨ ਦਾ ਬੰਦਾ ਨਹੀਂ ਤੇ ਟਾਇਰਾਂ ਦੀ ਦੁਕਾਨ ਨਹੀਂ ਓ ਯਾਰ ਮੈਂ ਕਦੋਂ ਕਿਹਾ ਫਲੀਚਰ ਦੀ ਦੁਕਾਨ ਆ ਤੇ ਫਿਰ ਮੰਗਾ ਟਾਇਰ ਕੋ ਨਹੀਂ ਕਰੀ ਮੈਂ ਕਿੱਥੋਂ ਮੰਗਾ ਲਵਾਂ ਯਾਰ ਟਾਇਰ ਛੋਟਾ ਤਿੰਨ ਟਾਇਰ ਦੇ ਬਹੁਤਾ ਮੈਂ ਤੈਨੂੰ ਕੰਮ ਗਿਆ ਹੀ ਤਿੰਨ ਟਾਇਰ ਛੋਟੇ ਇਹਦੇ ਕਰਵਾਵਾਂ ਯਾਰ ਤੇਰਾ ਕਿਤੇ ਲੈਣ ਦੇਣ ਨਹੀਂ ਹੈਗਾ ਟਾਇਰਾਂ ਵਾਲਿਆਂ ਨਾਲ ਆਪਸ ਦੀ ਗੱਲ ਏ ਹੁੰਦਾ ਨਾ ਇਹ ਦੁਕਾਨ ਤੇ ਮੇਰੇ ਕੋਲ ਮਾਲ ਨਹੀਂ ਗਾ ਮੈਂ ਕਹਿੰਦਾ ਯਾਰ ਉਹ ਫਲਾਂ ਨਾਲ ਦੀ ਦੁਕਾਨ ਤੋਂ ਫੜ ਲਿਆ ਇੱਥੇ ਸਾਰੇ ਵੱਡੀ ਦੁਕਾਨਾਂ ਨੇ ਵੱਡੇ ਟਾਇਰਾਂ ਦੀਆਂ ਵੱਡੇ ਹੀ ਕਾਰੋਬਾਰ ਨੇ ਸਭ ਦਾ ਵੱਡਾ ਕਾਰੋਬਾਰ ਏ ਛੋਟਾ ਕਾਰੋਬਾਰ ਹੋ ਗਿਆ ਦੇਣ ਨਹੀਂ ਲੱਗਦੀ ਥੋੜਿਆ ਉਧਰ ਉਹਦੇ ਕੋਲ ਯਾਰ ਤੂੰ ਵਾਧੂ ਆਵਾਂ ਦੇਣ ਆਇਆ ਇੱਥੇ ਚੱਲ ਫਿਰ ਲਿਆ ਟਾਇਰ ਕਿੱਥੋਂ ਲਿਆਵਾਂ ਮੈਂ ਜਿੱਥੋਂ ਮਰਜ਼ੀ ਲਿਆ ਮੈਨੂੰ ਕੀ ਪਤਾ ਮੈਨੂੰ ਪਤਾ ਹੁੰਦਾ ਮੈਂ ਇੱਥੇ ਹੁੰਦਾ ਮੈਂ ਟਾਇਰ ਵੇਖੇ ਮੈਂ ਕਿਹਾ ਵੀ ਲੱਭ ਚੜ ਕੇ ਯਾਰ ਛੋਟੇ ਟਾਇਰ ਸਾਡੇ ਕੋਲ ਨਹੀਂ ਹੈਗੇ ਇਹ ਦੇਖੋ ਨਾ ਮੋਟਰਸਾਈਕਲ ਦਾ ਟਾਇਰ ਏ ਇਹ ਗੱਡੀਆਂ ਦਾ ਟਾਇਰ ਏ ਇਹ ਪਜਾਰੋਆਂ ਦਾ ਟਾਇਰ ਏ ਉਹ ਟਰੱਕਾਂ ਦੇ ਟਾਇਰ ਨੇ ਉਹ ਵੀ ਰੱਖੋ ਨਾ ਉਹ ਵੀ ਚੱਲਦੀ ਸਾਈਕਲ ਓ ਯਾਰ ਜ਼ਰੂਰੀ ਰੱਖਾ ਤੂੰ ਮਾਮਾ ਲੱਗਣਾ ਸਾਰੀ ਆਈਟਮ ਤਾਂ ਪੂਰੀ ਰੱਖੋ ਤੁਸੀਂ ਅਗਲੇ ਬੰਦੇ ਨੂੰ ਦਲੀਲ ਕਰ ਜਾਓ ਦੁਕਾਨ 'ਚ ਕਾਹਦੀ ਆਈਟਮ ਰੱਖਾ ਹੈ ਮਠਿਆਈ ਦੀ ਦੁਕਾਨ ਹੈ ਪੂਰੀ ਆਈਟਮ ਰੱਖਾਂ ਉਹ ਮੈਂ ਸਾਰਾ ਬਾਜ਼ਾਰ ਫਿਰਦਾ ਉਹ ਮੈਂ ਮੰਗਣਾ ਵਾ ਮੈਂ ਪਾਗਲ ਆ ਮੈਂ ਸਦਾਈ ਆ ਯਾਰ ਫਿਰ ਤੇਰੀ ਮਰਜ਼ੀ ਹੈ ਜਾ ਮੈਂ ਨਹੀਂ ਫਿਰਨਾ ਜਾ ਤੂੰ ਸ਼ਕਲ ਤੇਰੀ ਮੰਗਣ ਵਾਲੀ ਹੈ ਤੇਰੀ ਦੇਣ ਵਾਲੀ ਹੈ ਜਗਲ ਓ ਯਾਰ ਜਾ ਤੇਰੀ ਮਿਹਰਬਾਨੀ ਜਾ ਕੰਮ ਕਰਨ ਦੇ ਜਾ ਟਾਇਰ ਮੰਗਾ ਦੋ ਤੈਨੂੰ ਮੇਰਾ ਭਰਾ ਕਿੱਥੋਂ ਟਾਇਰ ਮੰਗਾਵਾਂ ਮੈਂ ਜਿੱਥੋਂ ਮਰਜ਼ੀ ਮੰਗਾ ਦੋ ਮੈਂ ਪੁਲਿਸ ਮੰਗਾ ਲੈਣੀ ਹੂੰ ਜਾ ਪੁਲਿਸ ਮੰਗਾ ਦੇ ਉੱਤੇ ਰਹਿਤਾ ਨਾ ਭਾਈ ਲੈ ਲਿਆ ਪੁਲਿਸ ਮੰਗਾ ਲੈਣੀ ਤੂੰ ਐ ਯਾਰ ਸਰ ਬਰੋਸ ਨਾਲ ਨਹੀਂ ਪੁਲਿਸ ਹੋਏ ਪੁਲਿਸ ਦੇ ਉੱਤੇ ਪੈਸੇ ਲਾਣੇ ਤੂੰ ਟਾਇਰ ਮੰਗਾ ਦੇ ਤੈਨੂੰ ਮੇਰਾ ਭਰਾ ਕਿੱਥੋਂ ਮੈਂ ਟਾਇਰ ਮੰਗਾਵਾਂ ਵੱਡਾ ਹੈਗਾ ਲੈਣੇ ਤੇ ਲੈ ਜਾ ਚੱਲ ਜਾ ਦਿਮਾਗ ਤੇਰੀ ਤੇਰਾ ਖਰਾਬ ਹੈਗਾ ਯਾਰ ਤੇਰਾ ਦਿਮਾਗ ਖਰਾਬ ਹੈ ਜਾ ਯਾਰ ਮੇਰਾ ਚੰਗਾ ਬਲਾ ਟਾਈਮ ਦਾ ਕਰਾ ਤੋ ਮੇਰਾ ਤੂੰ ਬੜਾ ਅਦਾਲਤ ਜਾਣਾ ਸੀ ਉਹ ਬੱਚਾ ਪਰੇਸ਼ਾਨ ਹੈਗਾ ਉਹਨੇ ਬਾਹਰ ਗਲੀ ਸਾਈਕਲ ਗੱਡੀ ਚੱਲ ਮੇਰਾ ਭਰਾ ਤੇ ਚੱਲ ਹੁਣ ਦਾ ਦੋ ਪਈਆਂ ਦੋ ਟਾਇਰਾਂ ਤੇ ਚਲਾ ਲਵੇ ਹੈ ਦੋ ਟਾਇਰਾਂ ਤੇ ਚਲਾ ਲਵੇ ਬੱਚਾ ਮੇਰਾ ਵਨ ਵੀਲਰ ਹੈ ਹਾਂ ਓ ਯਾਰ ਅੱਗੇ ਕੁਝ ਹੋਰ ਨਾ ਕਪੜਾ ਬੰਨ ਲੋ ਉਹਦੇ ਪਈਏ ਤੇ ਕੀ ਕਪੜਾ ਬੰਨ ਲੋ ਕੀ ਖੂਨ ਨਿਕਲ ਰਿਹਾ ਸਾਈਕਲ ਨੂੰ ਬਲੇਡ ਵਜਾ ਸਾਈਕਲ ਨੂੰ ਯਾਰ ਤੇਰਾ ਦਿਮਾਗ ਖਰਾਬ ਹੈ ਯਾਰ ਹਰ ਗੱਲ ਦਾ ਜਵਾਬ ਦੇਣਾ ਤੇ ਤੂੰ ਉਹ ਜਵਾਬ ਦੇ ਨਹੀਂ ਨਾ ਇਸ਼ਾਰਾ ਕਰਨ ਲਿਆ ਉਹ ਤੁਮ ਅਈ ਹਾਲ ਮਗਾ ਟਾਇਰ ਮੇਰਾ ਭਰਾ ਓ ਯਾਰ ਜਾ ਛੋਟਾ ਟਾਇਰ ਕੋਈ ਨਹੀਂ ਹੈਗਾ ਜਾ ਯਾਰ ਓਏ ਇਹਨੂੰ ਛੋਟਾ ਕਰਾ ਲੈ ਚੰਗਾ ਇਹ ਤੂੰ 6 ਨਹੀਂ ਕਰਾਣੇ ਓਏ ਤਾਂ 6 ਕਰ ਯਾਰ ਇਹ ਜੋ 6 ਕਿੱਥੋਂ ਕਢਾਵਾਂ ਮੈਂ ਤੇ ਮੇਰੇ ਕੋਲ ਨਹੀਂ ਨਾ ਟਾਈਮ ਮੈਂ ਕਿੱਥੇ ਜਾਵਾਂਗਾ ਇਸ ਵੇਲੇ ਤੂੰ ਇਹਨੂੰ ਛੋਟੇ ਕਰਾ ਓ ਮੇਰੇ ਕੋਲ ਛੋਟਾ ਨਹੀਂ ਹੈਗਾ ਮੈਂ ਤੈਨੂੰ ਕਿੱਥੋਂ ਦੇ ਦੇਆਂ ਓਏ ਹੈ ਇਹ ਤੂੰ ਕਰਾ ਲੈ ਨਾ ਛੋਟਾ ਮੇਰਾ ਭਰਾ ਦਿਮਾਗ ਖਰਾਬ ਕਰਦਾ ਮੇਰੀ ਨਸ ਪਾੜ ਨਹੀਂ ਹੂੰ ਕਾਰੀਗਰ ਕਿੱਥੇ ਨੇ ਫਿਰ ਬੁਲਾ ਉਹਨਾਂ ਨੂੰ ਕਾਰੀਗਰ ਮੇਰਾ ਗਿਆ ਰੋਟੀ ਖਾਣ ਚਲੋ ਆ ਜਾਏਗਾ ਖੈਰ ਮੇਰੇ ਕੋਲ ਹਲੇ ਟਾਈਮ ਹੈਗਾ ਕਾਹਦੋਂ ਆਏਗਾ ਤੂੰ ਨਾਨੀ ਘਰ ਆਇਆ ਇੱਥੇ ਚਲ ਉੱਥੋਂ ਦਾ ਟਾਇਰ ਮੇਰਾ ਭਰਾ ਛੋਟੇ ਕਰਾ ਤੇ ਉੱਥੋਂ ਮੇਰੀ ਚਾਹ ਵੀ ਗਾਇਬ ਟਾਈਮ ਲੱਗ ਜਾਣਾ ਕੀ ਛੋਟਾ ਕਰਾਵਾਂ ਛੋਟੇ ਛੋਟੇ ਕਰਾਵਾਂ ਉਹਦੀ ਕਟਿੰਗ ਕਰਾਵਾਂ ਤੂੰ ਕਾਰੋਬਾਰ ਨਹੀਂ ਕਰਦਾ ਯਾਰ ਤੂੰ ਕਾਰੋਬਾਰ ਅਸੀਂ ਘਰੋਂ ਆਇਆ ਮੈਂ ਹੈ ਹੱਦ ਹੋ ਗਈ ਯਾਰ ਚਲ ਫਿਰ ਮੰਗਾ ਮੇਰਾ ਭਰਾ ਕੀ ਮੰਗਾਵਾਂ ਟਾਇਰ ਉੱਥੇ ਇਹਨੂੰ ਕਰਾ ਲਾ ਨਾ ਨਿੱਕੇ ਇਹਨੂੰ ਕਿਉਂ ਨਹੀਂ ਕਟਾਉਂਦੇ ਯਾਰ ਇਹਨੂੰ ਕਿਵੇਂ ਕਟਾਵਾਂ ਯਾਰ ਸਮਝਾ ਤੂੰ ਬੇਵਕੂਫ ਆਦਮੀ ਹੈ ਲੱਕੜੇ ਤੇਰੇ ਕੋਲ ਚੰਗਾ ਬੋਲਾ ਸਮਾਨ ਪਿਆ ਤੂੰ ਕਰਦੇ ਫੜਫੜ 6 ਤਾਂ ਬਣ ਜਾਣੇ ਨੇ ਚੋ 6-7 ਟਾਇਰ ਆਓ 6-7 ਇਹਦੇ ਚੋ ਬਣ ਜਾਣੇ ਤੂੰ ਇੱਕ ਪੈਸੇ ਲੈ ਲੈ ਮੇਰੇ ਕੋਈ ਕਿਤੇ ਤੂੰ ਇਹ ਬਣਾ ਨਾ ਜਿੰਨੇ ਮੈਂ ਕਹਿੰਦਾ ਓ ਯਾਰ ਨਹੀਂ ਬਣਦੇ ਭਾਈ ਤੇਰਾ ਦਿਮਾਗ ਖਰਾਬ ਹੈ ਤੈਨੂੰ ਕੰਮ ਨਹੀਂ ਆਉਂਦਾ ਓਏ ਇਹਨੂੰ ਖਰਾਬ
ਛੋਟਾ ਟਾਇਰ ਅੱਧ ਹੋ ਗਈ ਤੇਰੇ ਚੱਲ ਥੋੜਾ ਵੱਡਾ ਕਰ ਲਈ ਲੇਕਿਨ ਬਣਾ ਮੈਂ 6 ਬਣਾ ਲੇ ਅੱਛਾ ਤੂੰ ਵੀ ਮੈਨੂੰ ਨਾ ਟਾਇਰ ਹੀ ਲੱਗਣਾ ਕੀ ਮੇਰੇ ਕੋ ਟਾਇਰ ਨਾ ਖਾ ਲਈਏ ਜਾ ਯਾਰ ਤੇਰੀ ਮਿਹਰਬਾਨੀ ਜਾ ਚੱਲ ਬਣਾ ਮੇਰਾ ਭਰਾ ਕੀ ਇਹ ਚਾਹ ਜਿਹੜੀ ਬਣਾਵਾ 3 ਟਾਇਰ ਲਿਆ ਛੋਟੇ ਬੱਚਾ ਪਰੇਸ਼ਾਨ ਹੈਗਾ ਸਾਈਕਲ ਪੜ ਉਹ ਬੱਚਾ ਪਰੇਸ਼ਾਨ ਹੈ ਉਹ ਇਲੈਕਸ਼ਨ ਹਰ ਗਿਆ ਹਾਏ ਕੀ ਯਾਦ ਕਰਾਤਾ ਯਾਰ ਇਲੈਕਸ਼ਨ ਦਾ ਹੈ ਹਾਏ 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 ਤੋਬਾ ਤੇਰੇ ਕੋ ਇਲੈਕਸ਼ਨ ਵਾਲੇ ਟਾਇਰ ਨੇ ਬੱਚਿਆਂ ਯਾ ਮੇਰਾ ਮਤਬਲ ਹੈ ਮੈਨੂੰ ਨਾ ਖਪਾ ਮੈਂ ਪਹਿਲੇ ਬੀਪੀ ਲੋ ਹੈ ਓਏ ਹੋਏ ਤੇ ਕੰਮ ਤੇ ਇਹਨਾਂ ਕੀਤਾ ਨਹੀਂ ਤੂੰ ਬੀਪੀ ਐਵੇਂ ਲੋ ਗਿਆ ਵੇਲਾ ਖਲੋਤਾ ਕਰੋ ਉਹ ਕਰੋ ਨਾਸਤੇ ਬਗੈਰ ਨਿਕਲ ਆਇਆ ਨਾਸਤਾ ਉਹਨੀ ਦਿੰਦ ਕਰ ਵਾਲੇ ਉਹ ਬਸ ਨਾ ਤੇਰਾ ਕਿਤੇ ਵੀ ਵਿਆਹ ਠੀਕ ਨਹੀਂਗਾ ਓਏ ਬਦਤਮੀਜ਼ੀ ਔਰਤ ਮੇ ਲਗੀ ਬਸ ਓਏ ਹੋਏ ਅੱਛਾ ਜੀ ਚਲੋ ਅੱਲਾ ਤੁਹਾਡੀਆਂ ਮੁਸ਼ਕਲਾਂ ਆਸਾਨ ਕਰੇ ਤੇ ਤੁਸੀਂ ਇੱਥੋਂ ਨਿਕਲੋ ਤੇ ਕੰਮ ਸ਼ਮ ਵੀ ਕਰਿਆ ਕਰੋ ਬਣਵਾ ਟਾਇਰ ਮੇਰਾ ਭਰਾ ਯਾਰ ਤੈਨੂੰ ਦੱਸਿਆ ਛੋਟਾ ਟਾਇਰ ਨਹੀਂ ਮੈਂ ਕਿੱਥੋਂ ਬਣਵਾਵਾਂ ਤੂੰ ਜਾਣਾ ਕਿ ਨਹੀਂ ਸਾਈਕਲ ਦੇ ਟਾਇਰ ਨਹੀਂ ਰੱਖਦੇ ਮੈਂ ਤੇਰੇ ਤੋਂ ਪਾਣੀ ਛੋਟਾ ਫਿਰ ਜਾਏਗਾ ਨਹੀਂ ਸਾਈਕਲ ਦੇ ਟਾਇਰ ਰੱਖਦੇ ਸਾਈਕਲ ਦੇ ਟਾਇਰ ਸਾਡਾ ਕੰਮ ਹੀ ਨਹੀਂ ਹੈਗਾ ਸ਼ੁਰੂ ਤੋਂ ਅਮੀਰ ਹੋ ਤੁਸੀਂ ਸ਼ੁਰੂ ਤੋਂ ਸਾਈਕਲ ਦਾ ਕੰਮ ਅਸੀਂ ਨਹੀਂ ਕੀਤਾ ਹੈ ਹਾਂ ਤੈਨੂੰ ਮੈਂ ਜਾਣਨਾ ਤੇਰੇ ਵਾਲ ਸਾਹਿਬ ਨੇ 35 ਸਾਲ ਸਾਈਕਲ ਦਾ ਕੱਪੜਾ ਵੇਚਿਆ ਤੇ ਤੂੰ ਸਾਈਕਲ ਦੇ ਟਾਇਰ ਨਹੀਂ ਪਾ ਰਿਹਾ ਓਏ ਆ ਤਾਂ ਕੱਪੜਾ ਵੇਚਿਆ ਨਾ ਉਹਨਾਂ ਨੇ ਹਾਂ ਟਾਇਰਾਂ ਦਾ ਕੰਮ ਮੈਂ ਹੀ ਕੀਤਾ ਹੈ ਤੂੰ ਸਾਈਕਲ ਦੀ ਸ਼ੁਕਰੀ ਕਰ ਰਿਹਾ ਤੂੰ ਸਾਈਕਲ ਨੂੰ ਘਟੀਆਂ ਪੇਂਟ ਕਰ ਰਿਹਾ ਤੂੰ ਸਾਈਕਲ ਨੂੰ ਗੱਡੀ ਨਹੀਂ ਸਮਝਦਾ ਉਹ ਕਿਹੜੀ ਗੱਡੀ ਹੈ ਸਾਈਕਲ ਓਏ ਹੈ ਟਾਇਰ ਨਹੀਂ ਪੈਂਦੇ ਇਹਨੂੰ ਪੈਂਦੇ ਟਾਇਰ ਨੇ ਉਹ ਸਾਡੇ ਕੋਲ ਨਹੀਂ ਹੈਗੇ ਤੇ ਪਾ ਮੇਰਾ ਭਰਾ ਟਾਇਰ ਉਹਦੇ ਨਹੀਂ ਸ਼ੁਕਰੀ ਨਹੀਂ ਕਰੀ ਦੀ ਉਹ ਤਾਂ ਕੰਮ ਕਰੀਦਾ ਹੁੰਦਾ ਉਹ ਨਾ ਸ਼ੁਕਰੀ ਕਾਦੀ ਕਰਨ ਰਿਹਾ ਮੈਂ ਯਾਰ ਤੂੰ ਖੱਪ ਨਾ ਪਾ ਟਾਇਰ ਪਾ ਟਾਇਰ ਪਾ ਜਾ ਸ਼ਾਬਾਸ਼ ਕਿੱਥੇ ਜਾ ਜਾ ਆਪਣਾ ਕੰਮ ਕਰ ਜਾ ਕੇ ਨਹੀਂ ਪਾਣੇ ਟਾਇਰ ਤੂੰ ਨਹੀਂ ਪਾਣੇ ਪੁਰਾਣੇ ਤੋਂ ਦੇਖੋ ਤੇ ਪਏ ਉਹ ਪੁਰਾਣੇ ਕਿਹੜੇ ਵੇਖਾਂ ਉਹਨਾਂ ਨੂੰ ਧੋਲੇ ਨਿਕਲ ਆਏ ਨੇ ਉਹ ਪਿੱਛੇ ਪੁਰਾਣੇ ਘਰ ਪਏ ਨਾ ਉਹ ਕਿ ਪੁਰਾਣੇ ਬੋਲੇ ਹੋ ਗਏ ਨੇ ਲੱਗਦਾ 1933 ਤੋਂ ਪਏ ਨੇ ਕੋਈ ਆ ਕਰ ਕੱਢ ਕੇ ਲਿਆਉਣ ਨੂੰ ਬਾਅਦ ਓਏ ਉਹ ਨਹੀਂ ਛੋਟੇ ਨਹੀਂ ਹੈਗੇ ਨਾ ਹੈ ਛੋਟੇ ਨਹੀਂ ਹੈਗੇ ਕਰਾ ਨਾ ਛੋਟੇ ਮੇਰਾ ਕੰਮ ਹੈ ਯਾਰ ਤੂੰ ਉਹਨਾਂ ਨੇ ਕਿਤੇ ਸਲੂਨ ਤੇ ਲੈ ਜਾ ਤੇ ਛੋਟੇ ਛੋਟੇ ਕਰਵਾ ਲੈ ਵੇਲਾ ਤੂੰ ਅਗੋ ਗੱਲਾਂ ਕਿਹੜੀਆਂ ਕਰ ਰਿਹਾ ਜਾ ਮੇਰਾ ਦਿਮਾਗ ਨਾ ਖਾ ਮੇਰਾ ਭਾਈ ਜਾ ਤਿੰਨ ਟਾਇਰ ਚਾਹੀਦੇ ਨੇ ਤੇ ਬੈਸ ਕੁਲੀ ਪਾਣੀ ਤੂੰ ਆ ਬੈਸ ਭਾਈ ਯਾਰ ਕਿਸ ਕਿਸਮ ਦਾ ਸ਼ਖਸੀਅਤ ਹੋਏ ਆਇਆ ਕਿਥੋਂ ਹੈ ਕਿਥੋਂ ਆਇਆ ਤੂੰ ਮੈਂ ਨਹੀਂ ਦੱਸਣਾ ਮੈਂ ਤਰਸਾਉਣਾ ਹੀ ਤੈਨੂੰ ਹੱਦ ਹੋ ਗਈ ਏ ਤੂੰ ਮੈਨੂੰ ਲੋੜ ਤਾਂ ਨਹੀਂ ਲੱਗਦਾ ਹੈ ਤੂੰ ਲੋੜ ਤਾਂ ਨਹੀਂ ਲੱਗਦਾ ਮੈਨੂੰ ਲੋੜਦਾ ਨਹੀਂਗਾ ਹਾਂ ਨਹੀਂ ਪਹਿਲੇ ਮੈਂ ਤੈਨੂੰ ਉੱਥੇ ਆਪਣਾ ਘਰ ਵਿਖਾਵਾਂ ਤੈਨੂੰ ਤੋਂ ਬੱਲੇ ਤੋਂ ਗਵਾਈਆਂ ਦਵਾਵਾਂ ਗੱਲ ਹੀ ਸਮਝੇ ਉੱਥੇ ਸਾਈਨ ਕਰਾਵਾਂਗੇ ਪਰ ਮੈਂ ਲੋੜਦਾ ਹੈਗਾ ਫੇਰ ਠਹਿਰ ਦੇਗਾ ਉਹ ਤੇਰਾ ਚਿਹਰਾ ਹੀ ਨਹੀਂ ਦੱਸਦਾ ਤੂੰ ਲੋੜਦਾ ਨਹੀਂ ਹੈਗਾ ਹਾਂ ਤੂੰ ਟਾਇਰ ਦੇ ਫਿਰ ਟਾਇਰ ਕਿੱਥੋਂ ਦਿਆ ਛੋਟਾ ਤੈਨੂੰ ਉਹਦੇ ਟਾਇਰ ਮੈਂ ਲੋਰੋਂ ਨਿਕਲ ਜਾਂਦਾ ਜੇ ਜਾ ਤੇਰੀ ਮਿਹਰਬਾਨੀ ਜਾ ਯਾਰ ਹੈ ਤੰਗ ਨਾ ਕਰ ਯਾਰ ਜਾ ਤੰਗ ਮੈਂ ਤੈਨੂੰ ਕਿਹੜਾ ਕੀਤਾ ਮੈਂ ਤੂੰ ਟਾਇਰ ਵਗਣ ਉਹ ਖਪਾਣ ਦਿਆ ਮੇਰੀ ਨਸ ਪਟ ਜਾਏਗੀ ਐਡਾ ਤੂੰ ਮਫਕਰ ਤੇ ਹੈ ਹੀ ਨਹੀਂ ਨਾ ਤੂੰ ਸ਼ਾਇਰ ਵੀ ਰਾਤ ਜਾ ਗਿਆ ਫਿਰ ਇੰਨਾ ਖਪਾਣ ਉਹ ਤਾਂ ਦਿਮਾਗ ਤੋਂ ਕੰਮ ਹੀ ਨਹੀਂ ਲੈਂਦਾ ਹਾਂ ਤੇ ਹੋਰ ਕਿੱਥੋਂ ਲੈਣ ਦਿਆ ਨਸ ਕਿੱਥੋਂ ਫਟ ਜਾਏਗੀ ਇਹ ਤਾਂ ਉਹ ਬੰਦੇ ਨੂੰ ਹੋਣਾ ਫਟੇਗੀ ਜਿਹੜਾ ਦਿਮਾਗ ਕੰਮ ਕਰ ਰਿਹਾ ਯਾਰ ਤੂੰ ਮੇਰਾ ਦਿਮਾਗ ਵਾਕਈ ਖਰਾਬ ਕਰ ਦੇਗਾ ਹੈ ਮੈਨੂੰ ਕੋਈ ਸਮਝ ਨਹੀਂ ਆ ਰਹੀ ਕੀ ਹੋਣ ਰਿਹਾ ਚੱਲ ਸ਼ਾਬਾਸ਼ ਸਮਝ ਨਹੀਂ ਆ ਰਹੀ ਹਾਂ ਦੁਕਾਨ ਬੰਦ ਕਰਕੇ ਘਰ ਜਾ ਰੈਸਟ ਕਰ ਜਾ ਬਜਾ ਰੈਸਟ ਕਿਉਂ ਕਰਾਂ ਤੈਨੂੰ ਸਮਝ ਨਹੀਂ ਆ ਰਹੀ ਕੰਮ ਤੂੰ ਮੈਨੂੰ ਬੇਵਕੂਫ ਬਣਾਤਾ ਯਾਰ ਮੈਂ ਬਣਾਤਾ ਤੈਨੂੰ ਹਾਂ ਭਾਈ ਜਾਨ ਨੇ ਤੁਸੀਂ ਗੌਰ ਕਰੋ ਤੁਸੀਂ ਚੰਗੇ ਭਲੇ ਬਣੇ ਹੋ ਪਹਿਲੇ ਦੇ ਅੱਛਾ ਹੁਣ ਜਾਣਾ ਹੀ ਸ਼ਰਾਫਤ ਨਾਲ ਕਿ ਨਹੀਂ ਸ਼ਰਾਫਤ ਆਏਗਾ ਤਾਂ ਮੈਂ ਚੱਲ ਜਾਗਾ ਕੀਤਾ ਫੋਨ ਮੈਨੂੰ ਆ ਰਿਹਾ ਕਿਹੜੇ ਦਾ ਕਿਹੜਾ ਸ਼ਰਾਫਤ ਤੂੰ ਕਿਹੜੀ ਸ਼ਰਾਫਤ ਦੀ ਗੱਲ ਕਰ ਰਿਹਾ ਓਏ ਗੱਲ ਹੁੰਦੀ ਹੈ ਕਿ ਸ਼ਰਾਫਤ ਨਾਲ ਜਾਣਾ ਹੀ ਕਿਹੜੇ ਉਹ ਸ਼ਰਾਫਤ ਹਾਂ ਚੱਲ ਸ਼ਾਬਾਸ਼ ਜਾ ਕਿੱਥੇ ਜਾ ਉਹ ਜਾਣੇ ਕਿ ਨਹੀਂ ਤੇਰੀ ਮਿਹਰਬਾਨੀ ਮਗਰ ਲੈ ਜਾ ਜੂਠੇ ਓਏ ਹੱਥ ਨਾਲ ਜੋੜ ਕੰਮ ਕਰ ਚਾਰ ਪੈਸੇ ਜੋੜ ਚੱਲਦੇ ਤਿੰਨ ਟਾਇਰ ਦੇ ਕੰਮ ਕਰਨ ਦੇਗਾ ਤਾਂ ਮੈਂ ਕਰਾਂਗਾ ਨਾ ਕਰ ਕੰਮ ਮੈਂ ਤੂੰ ਐਨਕ ਜੱਫੀ ਮਾਰੀ ਮਤ ਹੱਦ ਹੋ ਗਈ ਉਹ ਛੋਟੇ ਟਾਇਰ ਮੇਰੇ ਕੋਲ ਨਹੀਂ ਹੈਗੇ ਛੋਟੇ ਟਾਇਰ ਤੇਰੇ ਕੋਲ ਕਿਉਂ ਨਹੀਂ ਹੈਗੇ ਕੱਦ ਮੈਨੂੰ ਐਡੇ ਤੇ ਹੈ ਹੀ ਨਹੀਂ ਜਿਹੜੇ ਤੂੰ ਕਰਦੇ ਕਿੱਥੋਂ ਲਿਆਵਾਂ ਐਡੇ ਟਾਇਰ ਐਡਾ ਐਡਾ ਤੇ ਕੀ ਹੁੰਦਾ ਟਾਇਰਾਂ ਦਾ ਕੰਮ ਤੇਰਾ ਕਿ ਮੇਰਾ ਮਤਲਬ ਪਤਾ ਕਿੱਥੋਂ ਲੈ ਰਹੀ ਯਾਰ ਜਾ ਲੱਗ ਜਾ ਉਹ ਯਾਰ ਉੱਥੇ ਜਾ ਆਪਣਾ ਨੀਲੇ ਗੁਮਸ ਹਾਂ ਪੁਰਾਣੇ ਟਾਇਰ ਕਿਤੇ ਪੁਰਾਣੇ ਟਾਇਰ ਕਿਹੜੇ ਕਿੰਨੀ ਦੇਰ ਤੋਂ ਪਏ ਨੇ 20 ਸਾਲ ਤੋਂ ਪਏ ਨੇ 20 ਸਾਲ ਤੋਂ ਹਾਂ ਕਾਗੇ ਚੁੱਕ ਕੇ ਵੇਖ ਉਹਨਾਂ ਨੇ ਬੱਚੇ ਦਿੱਤੇ ਹੁਣ ਕਾਫੀ ਸਾਰੇ ਬੱਚੇ ਕਿ ਦਿੱਤੇ ਮੁਰਗੀਆਂ ਨੇ ਅੰਦਰ 20 ਸਾਲ ਹੋ ਗਏ ਦਿਲ ਕੇ ਬੱਚੇ ਵੀ 12-12 ਸਾਲ ਦੇ ਹੋ ਓ ਯਾਰ ਜਾ ਤੇਰੀ ਮਿਹਰਬਾਨੀ ਹੈ ਯਾਰ ਜਾ ਖੁਦਾ ਦਾ ਵਾਸਤੇ ਚਲਾ ਜਾ ਟਾਇਰਾਂ ਦਾ ਖਿਆਲ ਵੀ ਕਰਿਆ ਕਰੋ ਓਏ ਬਗਾਨੇ ਟਾਇਰ ਭਈਆ ਇਹ ਵੀ ਤੁਹਾਨੂੰ ਯਾਰ ਹਾਂ ਮਾਪਿਆਂ ਦੇ ਘਰ ਬਗਾਨੇ ਟਾਇਰ ਬਗਾਨਾ ਤੁਹਾਨੂੰ ਲੈ ਉਹਨੇ ਕੋ ਲੈ ਜੇ ਕੌਣ ਤੋਂ ਬਗਾਨਾ ਓਏ ਆ ਤੇ ਟਾਇਰ ਲਿਆਏ ਨਾ ਤੂੰ ਤੇ ਛੋਟੇ ਮੰਗ ਰਿਹਾ ਯਾਰ ਛੋਟੇ ਲਿਆਓ ਝਾੜ ਕੇ ਵੇਖ ਨਿਕਲ ਆਣੇ ਉਤੋਂ ਛੋਟੇ ਕੀ ਐਪਲ ਲੈ ਆਵਾਂ 20 ਸਾਲ ਹੋ ਗਏ ਤੈਨੂੰ ਭੁੱਲ ਗਿਆ ਹੋਣਾ ਹੁਣ ਇਹਦੇ ਵਿੱਚ ਨਿਕਲ ਜਾ ਮੈਨੂੰ ਕਿਉਂ ਭੁੱਲ ਗਿਆ ਹੈਗਾ ਮੈਂ ਪਾਗਲਾ ਕੋਈ 20 ਸਾਲ ਹੋ ਟਾਇਰ ਪਏ ਨੇ ਉਹ ਪਏ ਨੇ ਜੋ ਕੋ ਕਸਟਮਰ ਆਏਗਾ ਲੈ ਜਾਏਗਾ ਤੁਹਾਡੇ ਕੋ 20 ਸਾਲ ਤੋਂ ਨਹੀਂ ਕਾ ਕਰ ਰਹੇ
छोटा मुंडा बुला लेना मैं बैठा नहीं शाम तक मेरा भरा काम नबेड़ना क्यों शाम ना बैठा भाजा नहीं मैं काम शाम तक कंप्लीट चाहिए ਕਿਹੜਾ ਕੰਪਲੀਟ ਚਾਹੀਦਾ ਤੈਨੂੰ ਅੱਛਾ ਕਰਾ ਤੂੰ ਸਾਡੇ ਕੋਲ ਕੰਧ ਬਣਵਾਉਣਾ ਆ ਤੂੰ ਯਾਰ ਯਾਰ ਤੇਰੀ ਦੁਕਾਨ ਨਹੀਂ ਉਹ ਦੁਕਾਨ ਟਾਇਰਾਂ ਦੀ ਬਸ ਚੱਲ ਜਾ ਯਾਰ ਹੈ ਜਾ ਯਾਰ ਉਹ ਗਾਹਕ ਬਾਹਰ ਖੜੋਤਾ ਆ ਚਲ ਮੈਨੂੰ ਕੰਮ ਹੈਗਾ ਥੋੜਾ ਜਿਹਾ ਕਿ ਮੈਂ ਵਾਪਸ ਆਣਾ ਤੇਰੇ ਕੋਲ ਆ ਕੇ ਨਾ ਮੇਰੇ ਭਰਾ ਹਾਂ ਤਿੰਨ ਚਾਹੀਦੇ ਨੇ ਫਿਰ ਬਾਕੀ ਜਿਹੜੇ ਉਹ ਯਾਰ ਉੱਠ ਯਾਰ ਕਿਹੜੇ ਤਿੰਨ ਚਾਹੀਦੇ ਨੇ ਹੈ ਤਣ ਕਿਆ ਨਹੀਂ ਛੋਟੇ ਟਾਇਰ ਹੈਗੇ ਫਿਰ ਤਿੰਨ ਟਾਇਰ ਚਾਹੀਦੇ ਨੇ ਬਾਕੀ ਤੂੰ ਰੱਖ ਲੈ ਮੈਨੂੰ ਕੋਈ ਟੈਨਸ਼ਨ ਨਹੀਂ ਆ ਤੂੰ ਬਾਹਰੋਂ ਲੈ ਕੇ ਸਕੋ ਜਾ ਕੇ ਯਾਰ ਜਾ ਸਾ ਬਾਹਰੋਂ ਲੈ ਕੇ ਸਕੋ ਜਾ ਹੁਣ ਕਿੰਨੀ ਕਿ ਦੇਰ ਤੱਕ ਆ ਜਾ ਮੈਂ ਹੁਣ ਕਿ ਲੈਣ ਆਣਾ ਹੈ ਇੱਥੇ ਟਾਇਰ ਨਹੀਂ ਲੈਣੇ ਛੋਟੇ ਟਾਇਰ ਕਿੱਥੋਂ ਲੈਣੇ ਤੁਹਾਨੂੰ ਨੀਲੇ ਗੁੰਮੇ ਜਾ ਤੈਨੂੰ ਕਿਹਾ ਨਹੀਂ ਮੈਂ ਉਹ ਨਹੀਂ ਲੈਣੇ ਉੱਥੇ ਕੀ ਕਿਸੇ ਪੈਸੇ ਦੇਣੇ ਹਾਂ ਬੜਾ ਠੇਠਾ ਹੈ ਵੀ ਤੂੰ ਹਾਂ ਹਰ ਗੱਲ ਮੰਨੀ ਵੀ ਜਾਣਾ ਅੱਧੇ ਪੌਣੇ ਘੰਟੇ ਤੱਕ ਆ ਰਹੇ ਆ ਜਦੋਂ ਟਾਇਰ ਮੇਰਾ ਪੁੱਤਰ ਤਿਆਰ ਕਰ ਮੈਨੂੰ ਹੋਰ ਵੀ ਬੜੇ ਕੰਮ ਨੇ ਮੈਂ ਜਾਣਾ ਕਿਤੇ ਯਾਰ ਯਾਰ ਸਾਨੂੰ ਵੀ ਬੜੇ ਕੰਮ ਨੇ ਛੋਟੇ ਟਾਇਰ ਕਿਵੇਂ ਤਿਆਰ ਕਰਾਵਾਂ ਕਰਾਵੇ ਮੇਰੀ ਹੱਡਕ ਨਹੀਂ ਤੇਰੀ ਟਾਇਰ ਕੰਮ ਤੇਰਾ ਟਾਇਰ ਦਾ ਕਿ ਮੇਰਾ ਯਾਰ ਦਾ ਮੇਰਾ ਹੀ ਹੈ ਪਰ ਮੇਰੇ ਵੱਡੇ ਤੇ ਕਰਨਾ ਕੰਮ ਕਰਾ ਮੇਰਾ ਭਰਾ ਮੈਂ ਉਹ ਯਾਰ ਜਾ ਸ਼ਾਬਾ ਤੇਰੀ ਮਿਹਰਬਾਨੀ ਮਗਰੋਂ ਲੈ ਜਾ ਕੇ ਜਾ ਮਗਰੋਂ ਲੈ ਜਾ ਕੇ ਮੈਂ ਕਹਿੰਦਾ ਥੇ ਲੜਾਈ ਹੋ ਪਣੀ ਹੈ ਜਾਣ ਦੇ ਹੈ ਦਿਮਾਗ ਖਰਾਬ ਨਾ ਕਰ ਚੱਲ ਫਿਰ ਟਾਇਰ ਤਿਆਰ ਕਰੀ ਤੇ ਪੈਕ ਕਰ ਦੀ ਜਾਂਦੀ ਹੈ ਆ ਕਵਰ ਜੇ ਚੜਾ ਦੀ ਜੋ ਬਣ ਜਾ ਹੈ ਪੈਕ ਕਰ ਦੇ ਕਿਸੇ ਤੇ ਓਏ ਟਾਇਰ ਤੇ ਜਿਹੜੇ ਬਣਾ ਲੈ ਨਹੀਂ ਪਿਛੋਂ ਛੋਟੇ ਆਓ ਤਿੰਨ ਕਰ ਲੈ ਚੁੱਪ ਨਿਕਲਾਣੇ ਦੇ ਛੋਟੇ ਹੈ ਚਲੋ ਸ਼ਾਬਾਸ਼ ਨਿਕਲੋ ਆ ਰਿਹਾ ਫਿਰ ਮਾਤੇ ਪੌਣੇ ਕਰਦਾ ਉਹ ਜਾ ਯਾਰ ਅਦਰ ਨਹੀਂ ਚਲ ਸ਼ਾਬਾਸ਼ ਲੇਟ ਨਾ ਕਰੀ ਮੇਰਾ ਭਰਾ ਆ ਕਾਹਦਾ ਲੇਟ ਨਾ ਕਰੀ ਓਏ ਕੰਮ ਕਰ ਮੇਰਾ ਭਰਾ ਮੈਂ ਮਾਰ ਦੇਣਾ ਟਾਇਰ ਚੁੱਕ ਕੇ ਤੇਰੇ ਨਿਕਲ ਜਾ ਥੋਂ ਚਵਲ ਜਿਆ 8 ਕੁ ਵਜੇ ਤੱਕ ਆ ਜਾਵਾਂ ਓਏ ਆ ਚਲ ਜਾ ਥੋਂ ਛੁੱਟ ਆ ਜਾ ਕਿੱਡਾ ਮਨੂਸ ਗਾਹਕ ਆਇਆ ਯਾਰ